ਝੋਨਾ ਬਿਲਕੁਲ ਵਧੀਆ ਸੀ, ਹੜ੍ਹ ਆਉਣ ਨਾਲ ਸਾਰਾ ਝੋਨਾ ਖਰਾਬ ਹੋ ਗਿਆ। ਫਿਰ 3-4 ਮਹੀਨੇ ਲਗਾਤਾਰ ਇਹਦੇ ਵਿੱਚ ਜ਼ਮੀਨਾਂ 'ਚ ਪਾਣੀ ਖੜ੍ਹਾ ਰਿਹਾ। ਕਣਕ ਦਾ ਟਾਈਮ ਆਇਆ ਉਦੋਂ ਵੀ ਇਸ ਜ਼ਮੀਨਾਂ 'ਚ ਪਾਣੀ ਖੜ੍ਹਾ ਰਿਹਾ ਸੀਗਾ। ਫਿਰ ਹੁਣ ਥੋੜ੍ਹੀ ਉਪਜਾਊ, ਮਤਲਬ ਕਿ ਵਾਹੁਣਯੋਗ ਹੋਈ ਜ਼ਮੀਨ। ਹੁਣ ਸਾਡੀ ਮਤਲਬ ਕਿ ਸਹਾਇਤਾ ਕੀਤੀ ਖਾਲਸਾ ਏਡ ਨੇ, ਸਾਨੂੰ ਬੀਜ ਦਿੱਤਾ, ਮੱਕੀ ਦੀ ਬਿਜਾਈ ਕਰਨ ਲੱਗੇ ਹਾਂ ਅਸੀਂ ਇਹਦੇ 'ਚ, ਪਹਿਲੀ ਵਾਰ ਕਰਨ ਲੱਗੇ ਹਾਂ। ਕਦੀ ਵੀ ਇੱਥੇ ਮੱਕੀ ਦੀ ਬਿਜਾਈ ਨਹੀਂ ਹੋਈ ਸੀ, ਕਿਉਂਕਿ ਹੋਰ ਇੱਥੇ ਫਸਲ ਇਸ ਟਾਈਮ ਕੋਈ ਹੋ ਵੀ ਨਹੀਂ ਸਕਦੀ, ਮੱਕੀ ਹੋ ਸਕਦੀ ਆ। ਜੋ ਵੀ ਵੀਰ ਖਾਲਸਾ ਏਡ ਨੂੰ ਦਸਵੰਧ ਦਿੰਦੇ ਆ, ਉਹ ਮਤਲਬ ਕਿ ਦਸਵੰਧ ਪੂਰਾ ਕਿਸਾਨਾਂ ਤੱਕ ਪਹੁੰਚ ਰਿਹਾ ਵਾ, ਪੂਰੀ ਸਹਾਇਤਾ ਕਰ ਰਹੇ ਆ ਖਾਲਸਾ ਏਡ। ਵਧੀਆ ਬੀਜ ਦਿੱਤਾ ਵਾ, ਇਹ ਨਹੀਂ ਹੈਗਾ ਕਿ ਡੁਪਲੀਕੇਟ ਬੀਜ ਦਿੱਤਾ, ਇੱਦਾਂ ਦਾ ਕੋਈ ਨਹੀਂ ਗਾ, ਜਿਹੜਾ 1 ਨੰਬਰ ਦਾ ਬੀਜ ਸਾਡੇ ਤੱਕ ਪਹੁੰਚਾਇਆ ਜਾ ਰਿਹਾ। ਬਹੁਤ ਖੁਸ਼ ਆ ਮਨ, ਮਤਲਬ ਕਿ ਜੇ ਨਾ ਜ਼ਮੀਨਾਂ ਨਹੀਂ ਤਾਂ ਖਾਲੀ ਰਹਿਣੀਆਂ ਸੀਗੀਆਂ, ਮੱਕੀ ਬੀਜੀ ਨਹੀਂ ਜਾਣੀ ਝੋਨੇ ਤੱਕ, ਇੱਦਾਂ ਹੀ ਰਹਿਣੀਆਂ ਸੀ, ਕਿਉਂਕਿ ਹੜ੍ਹਾਂ ਨੇ ਲੱਕ ਹੀ ਤੋੜਤਾ ਇੱਕ ਤਰ੍ਹਾਂ ਦਾ ਕਿਸਾਨ ਦਾ। ਸਾਲ ਦੀ ਖੇਤੀ ਮਤਲਬ ਸਾਲ 1 ਪੈਲੀ ਜ਼ਮੀਨ ਖਾਲੀ ਰਹਿ ਜੇ ਤਾਂ ਕਿਸਾਨ ਦੇ ਪੱਲੇ ਕੁਝ ਨਹੀਂ। ਹੁਣ ਮਤਲਬ ਖਾਲਸਾ ਏਡ ਨੇ ਸਾਨੂੰ ਬੀਜ ਦਿੱਤਾ, ਅਸੀਂ ਮਤਲਬ ਕਿ ਹੁਣ ਬੀਜ ਕੇ ਅਤੇ ਆਪਦਾ ਖਰਚਾ ਪਾਣੀ ਮਤਲਬ ਕਿ ਸਾਡਾ ਚੱਲੂਗਾ। ਹੁਣ ਗਾਹ ਅਸੀਂ ਝੋਨਿਆਂ ਲਾਉਣ ਦੇ ਯੋਗ ਹੋ ਜਾਵਾਂਗੇ, ਸਾਡਾ ਮਤਲਬ ਝੋਨਾ ਲਾਵਾਂਗੇ ਇਸ ਜ਼ਮੀਨ 'ਚ, ਅਤੇ ਮੱਕੀ ਦੀ ਜੋ ਵੀ ਇਹਦੇ ਤੋਂ ਮੁਨਾਫਾ ਹੋਊਗਾ ਉਹਦੇ ਨਾਲ ਝੋਨਾ ਲਾਉਣ ਯੋਗ ਹੋ ਜਾਵਾਂਗੇ ਅਸੀਂ।